ਇੱਕ ਪਾਸੇ ਜਿੱਥੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਕੇਂਦਰ ਸਰਕਾਰ ਖਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਪੰਜਾਬ ਰੋਡਵੇਜ਼ ਕਰਮਚਾਰੀਆਂ ਨੇ ਵੀ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ਖਿਲਾਫ਼ ਧਰਨਾ ਪ੍ਰਦਰਸ਼ਨ ਦਿੱਤਾ। ਪਹਿਲਾਂ ਤਾਂ ਮੁਲਾਜ਼ਮਾਂ ਨੇ ਬੱਸ ਅੱਡਾ ਖਾਲੀ ਕਰਵਾ ਦਿੱਤਾ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਪਰੇਸ਼ਾਨੀ ਇਹੀ ਹੈ ਕਿ ਬੱਸੇ ਨਹੀਂ ਚੱਲ ਰਹੀ ਹੈ, ਸੁਬਹਾ ਸੇ 7 ਵਜੇ ਸੇ ਘੂਮ ਰਹੇ ਹੈ, ਕੋਈ ਬੱਸ ਨਹੀਂ ਹੈ, ਕੋਈ ਸਾਧਨ ਨਹੀਂ ਹੈ। ਹਮ ਲੋਕ ਸ਼੍ਰੀਨਗਰ ਸੇ ਆਏ ਹੋਏ ਬਹੁਤ ਪਰੇਸ਼ਾਨ ਹੈ, ਕੈਸੇ ਕਿਆ ਕੀਆ ਜਾਏ, ਗੌਰਮੈਂਟ ਕੋ ਕੁਛ ਚਾਹੀਏ, ਬੱਸ ਵਗੈਰਾ ਚਾਲੂ ਕਰੇ ਔਰ ਹਮਾਰਾ ਕੁਛ ਹੱਲ ਹੋ। ਜਿਹੜਾ ਅੱਜ ਦਾ ਪ੍ਰੋਟੈਸਟ ਹੈ, ਇੱਕ ਤਾਂ ਜਿਹੜਾ ਆਊਟਸੋਰਸਰ ਆ ਠੇਕਾ ਸਿਸਟਮ ਹੈ, ਇਹ ਬਹੁਤ ਧੱਕਾ ਹੋ ਰਿਹਾ, ਠੀਕ ਹੈ ਜੀ, ਸਰਕਾਰਾਂ ਬਹੁਤ ਧੱਕਾ ਕਰ ਰਹੀਆਂ ਵਾ ਇਹਨਾਂ ਦੇ ਬਾਰੇ। ਕੋਈ ਵੀ ਇੰਨੀਆਂ ਵੱਡੀਆਂ ਆਪਾਂ 3 ਜ਼ੋਨਾਂ ਰੈਲੀਆਂ ਕੀਤੀਆਂ ਵਾ, ਲੁਧਿਆਣੇ ਕੀਤੀ ਆ, ਆਪਣੇ ਜਲੰਧਰ ਅੰਮ੍ਰਿਤਸਰ, ਪਰ ਸਰਕਾਰ ਦੇ ਸਿਰ 'ਤੇ ਕੋਈ ਵੀ ਜੂ ਨਹੀਂ ਸਰਕਣ ਦੀ। ਸਰਕਾਰ ਜਦੋਂ ਵੋਟਾਂ ਲੈਣੀਆਂ ਹੋਣ, ਵਾਅਦੇ ਤਾਂ ਬਹੁਤ ਬਹੁਤ ਵੱਡੇ ਕਰਦੀ ਆ ਜੀ, ਅਸੀਂ ਇੱਦਾਂ ਕਰ ਦਿਆਂਗੇ, ਇੱਦਾਂ ਕਰ ਦਿਆਂਗੇ, ਪਰ ਕੋਈ ਫਾਇਦਾ ਨਹੀਂ ਸਰਕਾਰ ਨੂੰ। ਅਸੀਂ ਤਾਂ ਕਹਿੰਦੇ ਵੀ ਇੱਕ ਕਾਨੂੰਨ ਕੋਈ ਇੱਦਾਂ ਦਾ ਪਾਸ ਹੋਣਾ ਚਾਹੀਦਾ ਵੀ ਜਿਹੜੇ ਅੱਜ ਝੂਠੇ ਵਾਅਦੇ ਕਰਦੀਆਂ, ਦੁਬਾਰਾ ਇਹ ਸਰਕਾਰ ਆਉਣੀ ਨਹੀਂ ਚਾਹੀਦੀ, ਠੀਕ ਹੈ ਜੀ। ਅਤੇ ਬਾਕੀ ਜਿਹੜਾ 2407 ਬੱਸਾਂ ਦਾ ਫਲੀਟ ਆ ਪੰਜਾਬ ਰੋਡਵੇਜ਼ ਦਾ, ਪਰ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਇਹ ਪੂਰਾ ਕੀਤਾ ਜਾਵੇ। ਦੇਖੋ ਜੀ, 20 ਤਰੀਕ ਨੂੰ ਸਾਡੀ ਜੋ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਹੈ ਟਰਾਂਸਪੋਰਟ ਮੰਤਰੀ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਨਾਲ, ਉਹਦੇ ਵਿੱਚ ਸਾਡੀਆਂ 3 ਮੰਗਾਂ ਸੀ। ਪਹਿਲੀ ਮੰਗ ਸਾਡੀ ਇਹ ਸੀ ਵੀ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, 10-10 ਸਾਲ ਤੋਂ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਨੇ। ਅਤੇ ਦੂਜੀ ਮੰਗ ਸਾਡੀ ਇਹ ਸੀ ਵੀ ਜਿਹੜਾ ਟਾਈਮ ਟੇਬਲਾਂ ਦੇ ਵਿੱਚ ਸੋਧ ਕੀਤੀ ਜਾਵੇ, ਜਿੱਦਾਂ ਪਹਿਲਾਂ 3.5 ਘੰਟੇ ਦੇ ਘੰਟੇ ਸਟੇਸ਼ਨ ਸੀ, ਉਹਦੇ ਵਿੱਚ ਟਾਈਮ ਟੇਬਲਾਂ ਦੀ ਸੋਧ ਕੀਤੀ ਹੈ। ਤੀਜੀ ਮੰਗ ਸਾਡੀ ਇਸ ਵੀ ਜਿਹੜਾ ਨਜਾਇਜ਼ ਆਪਰੇਸ਼ਨ ਚੱਲ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ, ਜਿਵੇਂ ਕਿ ਜੰਮੂ ਨੂੰ ਚੱਲ ਰਿਹਾ, ਦਿੱਲੀ ਨੂੰ ਚੱਲ ਰਿਹਾ, ਪੰਜਾਬ ਸਰਕਾਰ ਇੱਕ ਪਾਸੇ ਕਹਿ ਰਹੀ ਵੀ ਜੰਮੂ ਨੂੰ ਕੋਈ ਗੱਡੀ ਨਹੀਂ ਜਾਂਦੀ, ਦਿਨ ਰਾਤ ਜੰਮੂ ਨੂੰ ਗੱਡੀਆਂ ਜਾ ਰਹੀਆਂ, ਸਲਿੱਪਰ ਗੱਡੀਆਂ, ਜਿਹੜਾ ਨਜਾਇਜ਼ ਪਸੀ ਚੱਲ ਕੇ, ਅਤੇ ਜਿਹੜਾ ਸਰਕਾਰੀ ਖਜ਼ਾਨੇ ਨੂੰ ਘਾਟਾ ਚੱਲ ਰਿਹਾ, ਚੂਨਾ ਲੱਗ ਰਿਹਾ। ਅਤੇ ਚੌਥੀ ਮੰਗ ਸਾਡੀ ਇਹ ਸੀ ਵੀ ਜਿਹੜੀਆਂ 2407 ਬੱਸਾਂ ਦਾ ਫਲੀਟ ਆ ਉਹ ਪੰਜਾਬ ਸਰਕਾਰ ਪੂਰਾ ਕਰੇ ਅਤੇ ਪੰਜਾਬ ਰੋਡਵੇਜ਼ ਨੂੰ ਉਸੇ ਤਰ੍ਹਾਂ ਚਲਾਵੇ ਜਿੱਦਾਂ ਪਹਿਲਾਂ ਚੱਲਦੀਆਂ ਸੀ। ਇਸ ਕਰਕੇ ਜਿਹੜੀ 24-20 ਤਰੀਕ ਨੂੰ ਸਾਡੀ ਮੀਟਿੰਗ ਹੋਈ, ਉਹ ਸਰਕਾਰ ਨਾਲ ਬੇਸਟਾ ਮੀਟਿੰਗ ਨਿਕਲੀ ਆ, ਕਿਸੇ ਵੀ ਸਰਕਾਰ 'ਤੇ ਕੋਈ ਮੰਗ ਨਹੀਂ ਮੰਗੀ, ਬਸ ਭਰੋਸਾ ਹੀ ਦਿੰਦੇ ਆਉਂਦੇ ਆ ਕਿ ਅੱਜ ਕਰਦੇ ਆ, ਕੱਲ੍ਹ ਕਰਦੇ ਆ, ਜੋ ਕਰਨੀਆਂ ਸਰਕਾਰ ਨੇ ਕਰਨੀਆਂ। ਜੇ ਸਰਕਾਰ ਨੇ ਕਰਨੀਆਂ ਤਾਂ ਫਿਰ ਮੀਟਿੰਗਾਂ ਕਾਹਦੇ ਵਾਸਤੇ ਦਿੰਦੇ ਆ, ਮੀਟਿੰਗਾਂ ਵੀ ਤਾਂ ਸਰਕਾਰ ਦੇ ਨੁਮਾਇੰਦੇ ਹੀ ਕਰਨਾ ਕਰਦੇ ਆ। ਸੋ ਸਾਡੀ ਬੇਨਤੀ ਆ ਵੀ ਜਿਹੜੀਆਂ 4 ਮੰਗਾਂ, ਅਸੀਂ 4 ਮੰਗਾਂ ਦਾ ਐਕਸ਼ਨ ਲੜ ਰਹੇ ਹਾਂ, ਦਿਨ ਰਾਤ ਲੜਦੇ ਰਹਾਂਗੇ, ਜਿੱਥੋਂ ਤੱਕ ਸਰਕਾਰ ਸਾਡੀ 4 ਮੰਗਾਂ ਪੂਰੀਆਂ ਨਹੀਂ ਕਰਦੀ, ਉਦੋਂ ਤੱਕ ਅਸੀਂ ਐਕਸ਼ਨ ਨੂੰ ਲੜਦੇ ਹੀ ਰਹਾਂਗੇ।